बीएड एंट्रेंस टेस्ट दी लास्ट डेट हो चुकी है, लेकिन उम्मीद है फिर भी कि डेट एक्सटेंड हो सकती है, क्योंकि प्रिंसिपल बीएड कॉलेज जिन्हें भी ने उन्हां वल्लों विचार विमर्श करन तो बाद यूनिवर्सिटी नूं रिप्रेजेंटेशन दित्ती गई है कि डेट एक्सटेंड की जाए, क्योंकि ग्रेजुएशन दे रिजल्ट जिहड़े ने लेट आ रहे ने। ਇਸ ਦੇ ਨਾਲ ਹੀ ਟੈਨਸ਼ਨ ਵੱਧ ਜਾਂਦੀ ਹੈ ਜਦੋਂ ਅਸੀਂ ਫੋਰਮ ਫਿਲ ਕਰਦੇ ਹਾਂ, ਅਤੇ ਤੁਹਾਡੇ ਸਵਾਲ ਇਹ ਹੁੰਦੇ ਆ ਕਿ ਤਿਆਰੀ ਕਿਵੇਂ ਕੀਤੀ ਜਾਵੇ। ਨੋਰਮਲੀ ਅਸੀਂ ਮਾਰਕੀਟ 'ਚ ਜਾ ਕੇ ਬੁੱਕ ਖਰੀਦਦੇ ਹਾਂ, ਜਿਹਦੇ ਵਿੱਚ ਇੱਕ ਤਾਂ ਪੁਰਾਣੇ ਪੇਪਰ ਹੋ ਸਕਦੇ ਨੇ, ਪਰ ਮਾਰਕੀਟ 'ਚ ਦੋ ਬੁੱਕਸ ਸਿਰਫ ਅਵੇਲੇਬਲ ਨੇ ਜਿਨ੍ਹਾਂ ਵਿੱਚ ਆਨਸਰ ਕੀ ਵੀ ਪੂਰੀਆਂ ਨਹੀਂ ਹਨ, ਇੱਕ ਵਿੱਚ ਪੇਪਰ ਵੀ ਨਹੀਂ ਹਨ। ਸੋ ਜਿਹੜੇ ਬਾਕੀ ਦੇ ਪੋਰਸ਼ਨ ਹਨ ਉਹ ਵੀ ਟ੍ਰੈਡੀਸ਼ਨਲ ਤਰੀਕੇ ਨਾਲ ਪੁਰਾਣੇ ਦਿੱਤੇ ਹੋਏ ਨੇ। ਜਿਹੜਾ ਅਪਡੇਟ ਹੈ, ਯੂਟੀ ਦਾ ਐਗਜ਼ਾਮ ਹੋਇਆ ਹੈ, ਉਸ ਤੋਂ ਅਸੀਂ ਸਿੱਖ ਸਕਦੇ ਹਾਂ ਕਿ ਕਿਵੇਂ ਵੱਖਰੇ ਤਰੀਕੇ ਨਾਲ ਇਹ ਐਗਜ਼ਾਮ ਇਹ ਕੁਐਸਚਨ ਆਏ ਨੇ। ਉਹਨਾਂ ਕੁਐਸਚਨਾਂ ਤੋਂ ਤੁਸੀਂ ਸਿੱਖਿਆ ਲੈ ਕੇ ਜੋ ਡਿਜ਼ਾਈਨ ਕੀਤਾ ਗਿਆ ਹੈ ਪ੍ਰੋਗਰਾਮ ਕਿ ਤੁਸੀਂ ਤਿਆਰੀ ਕਿਵੇਂ ਕਰ ਸਕਦੇ ਹੋ। ਈਜ਼ੀਐਸਟ ਮੈਥਡ ਇਹ ਹੈ ਕਿ ਪਿਛਲੇ ਸਾਲ ਦੇ ਸਾਰੇ ਕੁਐਸਚਨ ਇੱਕ ਵਾਰ ਸੋਲਵ ਕਰਕੇ ਅਤੇ ਪ੍ਰੈਕਟਿਸ ਸੈੱਟ ਜਿਹੜੇ ਸਾਡੇ ਦੁਆਰਾ ਬਣਾਏ ਗਏ ਨੇ ਇਹਨਾਂ ਪੇਪਰਾਂ ਨੂੰ ਦੇਖਦੇ ਹੋਏ, ਕਿਉਂਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਹੀ ਇਸ ਵਾਰ ਕੰਡਕਟ ਕਰਨਾ ਹੈ, ਉਸ ਲਈ ਛੋਟਾ ਜਿਹਾ ਨੋਮੀਨਲ ਚਾਰਜ 'ਤੇ ਤੁਹਾਡੇ ਲਈ ਕੋਰਸ ਲੈ ਕੇ ਆਏ ਹਾਂ 220 ਰੁਪਏ ਦਾ। ਬਾਜ਼ਾਰ ਵਿੱਚ ਜਿਹੜੀ ਬੁੱਕ ਤੁਸੀਂ ਖਰੀਦਦੇ ਹੋ ਲਗਭਗ 500-600 ਦੀ ਕਰੀਬ ਇਸ ਦੇ ਆਉਂਦੀ ਹੈ। ਇਸ ਦੇ ਵੱਖਰੇ ਫਾਇਦੇ ਹੋਣਗੇ, ਤੁਸੀਂ ਕੁਐਸਚਨ ਅਟੈਂਪਟ ਕਰਦੇ ਹੋ ਲਰਨਿੰਗ ਮੈਨੇਜਮੈਂਟ ਸਿਸਟਮ 'ਤੇ ਹੋਏਗਾ, ਤੁਸੀਂ ਇਮੀਡੀਏਟ ਫੀਡਬੈਕ ਲੈਂਦੇ ਹੋ, ਕੁਐਸਚਨ ਗਲਤ ਹੁੰਦਾ ਹੈ ਤਾਂ ਵੀ ਪਤਾ ਲੱਗਦਾ ਹੈ, ਸਹੀ ਹੁੰਦਾ ਹੈ ਤਾਂ ਵੀ ਪਤਾ ਲੱਗਦਾ ਹੈ, ਨਾਲ ਐਕਸਪਲੇਨੇਸ਼ਨ ਆਉਂਦੀ ਹੈ, ਔਰ ਉਸ ਤੋਂ ਬਾਅਦ ਜੇ ਗਲਤ ਹੁੰਦਾ ਹੈ ਤਾਂ ਤੁਸੀਂ ਇਹ ਜਾਣ ਲੈਂਦੇ ਹੋ ਮੇਰੀ ਗਲਤੀ ਕਿੱਥੇ ਹੈ ਅਤੇ ਸਹੀ ਆਂਸਰ ਕਿਹੜਾ ਹੈ। ਲਰਨਿੰਗ ਹੱਥ ਹਾਲਤ 'ਚ ਹੋ ਸਕਦੀ ਹੈ। ਬੁੱਕ ਨਾਲ ਕੰਪੇਅਰ ਕਰੀਏ ਤਾਂ ਇਹ ਔਖਾ ਅਤੇ ਟਾਈਮ ਕੰਜ਼ਿਊਮਿੰਗ ਹੁੰਦਾ ਹੈ, ਟਾਈਮ ਘੱਟ ਹੈ, ਵਾਰ ਵਾਰ ਇਹ ਪੁੱਛਿਆ ਜਾ ਰਿਹਾ ਹੈ ਕਿ 15-20 ਦਿਨਾਂ 'ਚ ਕਿਵੇਂ ਤਿਆਰੀ ਕੀਤੀ ਜਾਵੇ। ਸੋ ਹਰ ਤਰ੍ਹਾਂ ਦਾ ਵਿਦਿਆਰਥੀ ਬੇਸ਼ੱਕ ਅੱਛੀ ਤਿਆਰੀ ਹੈ, ਕੋਚਿੰਗ ਲੈ ਰਿਹਾ ਹੈ, ਨਹੀਂ ਲੈ ਰਿਹਾ ਹੈ, ਕੁਛ ਪੜ੍ਹਿਆ ਹੈ, ਨਹੀਂ ਪੜ੍ਹਿਆ ਹੈ, ਕੰਪੀਟੀਸ਼ਨ ਇੰਨਾ ਜ਼ਿਆਦਾ ਨਹੀਂ ਹੁੰਦਾ। ਸੋ ਇਹ 220 ਰੁਪਏ ਵਾਲਾ ਕੋਰਸ ਮਿਨੀਮਮ 220 ਰੁਪਏ ਦਾ ਕੋਰਸ ਹੈ ਜੀ ਸਾਡਾ, ਇਹ ਲਿਆ ਜਾ ਸਕਦਾ ਹੈ। ਜਿੱਥੇ ਕਲਿੱਕ ਕਰਦੇ ਹਾਂ ਉੱਥੇ ਇਹਦੇ ਵਿੱਚ ਕਿਹੜੇ ਕਿਹੜੇ ਮੋਡਿਊਲਸ ਹੈਗੇ ਨੇ। ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਾਂ ਕਿ ਇਹਦੇ ਵਿੱਚ ਪੰਜਾਬ ਦੇ ਪ੍ਰੀਵੀਅਸ ਈਅਰ ਕੁਐਸਚਨਸ ਬੀਐਡ ਦੇ ਸਾਰੇ ਤੁਹਾਨੂੰ ਮਿਲ ਜਾਣਗੇ। ਉਸ ਤੋਂ ਬਾਅਦ ਯੂਟੀ ਮਤਲਬ ਚੰਡੀਗੜ੍ਹ ਦੇ ਪ੍ਰੀਵੀਅਸ ਈਅਰ ਕੁਐਸਚਨ ਜਿਹੜੇ ਸੀਗੇ ਉਹ ਤੁਹਾਨੂੰ ਮਿਲ ਜਾਣਗੇ। ਦੈਨ ਜਨਰਲ ਅਵੇਅਰਨੈਸ ਪ੍ਰੈਕਟਿਸ ਸੈੱਟ ਅਸੀਂ ਬਣਾਏ ਹੋਏ ਨੇ, 5 ਪ੍ਰੈਕਟਿਸ ਸੈੱਟ ਹੈਗੇ ਨੇ ਜਨਰਲ ਅਵੇਅਰਨੈਸ ਦੇ, ਠੀਕ ਹੈ ਜੀ। ਉਸ ਤੋਂ ਬਾਅਦ ਕਰੰਟ ਅਫੇਅਰਸ ਦੇ 2 ਪ੍ਰੈਕਟਿਸ ਸੈੱਟਸ ਨੇ, ਇਹ 8-9 ਹੋ ਜਾਣੀਆਂ ਸੈੱਟ ਬਣੇ ਪਏ, ਅਪਲੋਡ ਨਾਲ ਨਾਲ ਹੋ ਰਹੀ ਹੈ। ਉਸ ਤੋਂ ਬਾਅਦ ਮੈਂਟਲ ਅਬਿਲਿਟੀ ਦੇ 3 ਪ੍ਰੈਕਟਿਸ ਸੈੱਟ ਹੈਗੇ ਆ, ਐਂਡ ਹੂ ਇਜ਼ ਹੂ ਦੇ 5 ਪ੍ਰੈਕਟਿਸ ਸੈੱਟ ਅਸੀਂ ਆਲਰੇਡੀ ਅਪਲੋਡ ਕਰ ਚੁੱਕੇ ਹਾਂ। ਪਿਛਲੇ ਸਾਲ ਦੇ ਸਾਰੇ ਪੇਪਰ ਇਹ ਪੋਰਸ਼ਨ ਸਾਰੇ ਸ਼ਾਮਲ ਨੇ, ਠੀਕ ਹੈ ਜੀ, ਪਿਛਲੇ ਸਾਲਾਂ ਦੇ ਪੇਪਰ ਹੈਗੇ ਨੇ। ਸੋ ਇਸ ਤੋਂ ਇਲਾਵਾ ਹੋਰ ਵੀ ਆਪਾਂ ਅਪਡੇਟ ਕਰਦੇ ਰਹਿ ਰਹੇ ਹਾਂ ਇਹਨੂੰ ਬਾਰ ਬਾਰ, ਜਿਵੇਂ ਤੁਹਾਡੀ ਡਿਮਾਂਡ ਹੁੰਦੀ ਹੈ ਇਹਨਾਂ ਦੀ ਡਿਮਾਂਡ ਹੁੰਦੀ ਹੈ, ਹੋਰ ਬਹੁਤ ਸਾਰੇ ਕੁਐਸਚਨਸ ਆ ਰਹੇ ਨੇ ਸਾਡੀ ਟੀਮ ਲੱਗੀ ਹੋਈ ਅਪਲੋਡ ਕਰਨ ਵਾਸਤੇ। ਸੋ ਇੱਕ ਅੱਧੇ ਦਿਨ ਦੇ ਵਿੱਚ ਹੋਰ ਬਹੁਤ ਸਾਰੇ ਕੁਐਸਚਨਸ ਇਹਦੇ ਵਿੱਚ ਆਪਾਂ ਅਪਲੋਡ ਕਰਦੇ ਨੇ। ਵਿਸ਼ੇਸ਼ ਗੱਲ ਇਹਦੇ ਵਿੱਚ ਇਹ ਹੈ ਕਿ ਜਿਹੜਾ ਯੂਟੀ ਦਾ ਐਗਜ਼ਾਮ ਹੋਇਆ ਹੈ 270 ਸੀਟਾਂ ਲਈ, ਸਿਰਫ ਚੰਡੀਗੜ੍ਹ ਦੇ 2 ਕਾਲਜ ਦੇਵ ਸਮਾਜ ਅਤੇ ਗੌਰਮੈਂਟ ਕਾਲਜ ਚੰਡੀਗੜ੍ਹ ਲਈ ਕੰਪੀਟ ਕਰਦੇ ਨੇ ਬੱਚੇ, ਉੱਥੇ ਕੰਪੀਟੀਸ਼ਨ ਬਹੁਤ ਹੁੰਦਾ ਹੈ। ਇੱਥੋਂ ਸਾਡੇ ਤੋਂ ਕੋਰਸ ਉਹਨਾਂ ਨੇ ਜੁਆਇਨ ਕੀਤਾ ਸੀ, ਫੀਡਬੈਕ ਦਿੱਤੀ ਹੈ ਕਿਸ ਤਰ੍ਹਾਂ ਦੇ ਸਵਾਲ ਆਏ ਆ, ਕੁਐਸਚਨ ਪੇਪਰ ਉਹਨਾਂ ਨੂੰ ਨਹੀਂ ਦਿੱਤਾ ਗਿਆ, ਮੈਮਰੀ ਬੇਸਡ
ਜਿਹੜੇ ਆਏ ਨੇ ਜਿਹੜੀ ਅਸੀਂ ਕੋਚਿੰਗ ਦੇ ਰਹੇ ਸੀ ਉਹਦੇ ਵਿੱਚ ਅਸੀਂ ਤਬਦੀਲੀ ਕੀਤੀ ਹੈ। ਤਬਦੀਲੀ ਇਹ ਕੀਤੀ ਹੈ ਕਿ ਜਿਵੇਂ ਇੰਗਲਿਸ਼ ਵਿੱਚ ਡਿਫਰੈਂਟ ਤਰ੍ਹਾਂ ਦੇ ਕੁਐਸਚਨ ਪੁੱਛੇ ਗਏ ਨੇ ਉਸ ਤਰ੍ਹਾਂ ਦੀ ਐਕਸਰਸਾਈਜ਼ ਤਿਆਰ ਕਰਕੇ ਇਹਦੇ ਵਿੱਚ ਸ਼ਾਮਿਲ ਕੀਤੀ ਜਾਏਗੀ। ਕਰੰਟ ਅਫੇਅਰਸ ਜਿਸ ਤਰ੍ਹਾਂ ਦੇ ਪਾਏ ਗਏ ਨੇ ਉਹ ਕਰੰਟ ਅਫੇਅਰ ਇਸ ਵਿੱਚ ਅਪਲੋਡ ਕੀਤੇ ਜਾਣਗੇ। ਜਿਸ ਤਰ੍ਹਾਂ ਦੇ ਕਮਿਸ਼ਨ ਪੋਲਿਸੀਜ਼ ਪੁੱਛੀਆਂ ਗਈਆਂ ਨੇ ਔਰ ਡਿਫਰੈਂਟ ਟੀਚਿੰਗ ਪੋਟੈਂਸ਼ੀਅਲ ਐਪਲੀਕੇਸ਼ਨ ਬੇਸਡ ਕੁਐਸਚਨ ਪੁੱਛੇ ਗਏ ਨੇ ਉਸ ਤਰ੍ਹਾਂ ਦੀ ਐਕਸਰਸਾਈਜ਼ ਤੁਹਾਨੂੰ ਇਹ ਮਿਲ ਜਾਏਗੀ। ਹਾਂ, ਜੇ ਤੁਸੀਂ ਫੀਲ ਕਰਦੇ ਹੋ ਕਿ ਕੌਨਫੀਡੈਂਟ ਘੱਟ ਹੋ ਕਿ ਮੈਨੂੰ ਟੀਚਰ ਹੀ ਟੀਚ ਕਰੇ ਤਾਂ ਤੁਸੀਂ ਦੂਸਰਾ ਕੋਰਸ ਵੀ ਲੈ ਸਕਦੇ ਹੋ। ਦੂਸਰਾ ਕੋਰਸ ਸਾਡਾ 550 ਰੁਪਏ ਵਾਲਾ, ਠੀਕ ਹੈ ਜੀ, ਇਹ ਸਾਡਾ 550 ਵਾਲਾ ਕੋਰਸ ਹੈਗਾ। ਬਟ ਬੈਟਰ ਹੈਗਾ ਜੀ ਤੁਸੀਂ ਇਹਦੇ ਨਾਲੋਂ 550 ਨਾਲੋਂ 660 ਵਾਲਾ ਕੋਰਸ ਲਵੋ। ਇਹਦੇ ਵਿੱਚ ਤੁਹਾਨੂੰ 550 ਵਾਲਾ ਪਲੱਸ ਤੁਹਾਨੂੰ ਜਿਹੜਾ ਸਾਡਾ ਪ੍ਰੈਕਟਿਸ ਸੈਟ ਹੈਗਾ ਪ੍ਰੀਵੀਅਸ ਈਅਰ ਕੁਐਸਚਨਸ ਉਹ ਵੀ ਤੁਹਾਨੂੰ ਮਿਲ ਜਾਣੇ ਆ 660 ਰੁਪੀਸ ਦੇ ਵਿੱਚ। ਸੋ ਇਹ ਵੈਲਿਊ ਫੋਰ ਮਨੀ ਹੈ। ਸੋ 550 ਵਾਲੇ ਕੋਰਸ ਦੇ ਵਿੱਚ ਕੀ ਆ, ਰਿਕਾਰਡਡ ਲੈਕਚਰਸ ਨੇ, ਠੀਕ ਹੈ ਜੀ, ਲਾਈਵ ਲੈਕਚਰ ਸਾਡੇ ਚੱਲ ਰਹੇ ਨੇ, ਉਹ ਆਪਾਂ ਲੈ ਰਹੇ ਹਾਂ ਡੇਲੀ ਅਤੇ ਉਹ ਰਿਕਾਰਡ ਹੋ ਕੇ ਤੁਹਾਨੂੰ ਮਿਲ ਜਾਣਗੇ। ਦੈਨ ਇਹਦੇ ਵਿੱਚ PDFs ਨੇ ਅਤੇ ਕੁਛ ਇਹਦੇ ਵਿੱਚ ਪ੍ਰੀਮੀਅਮ ਕੁਐਸਚਨਸ ਨੇ ਜਿਨ੍ਹਾਂ ਤੋਂ ਬਹੁਤ ਸਾਰੇ ਮਤਲਬ ਕੁਐਸਚਨਸ ਇਗਜ਼ਾਮ UT ਦੇ ਵਿੱਚ ਪੁੱਛੇ ਗਏ ਨੇ ਜੋ ਸਾਨੂੰ ਸਟੂਡੈਂਟਸ ਨੇ ਦੱਸਿਆ, ਠੀਕ ਹੈ ਜੀ। ਸੋ ਇਹਦੇ ਵਿੱਚ ਤੁਸੀਂ ਦੇਖ ਲਓ ਕਿ ਇੱਥੇ ਮੈਂਟਲ ਐਬਿਲਿਟੀ, ਠੀਕ ਹੈ ਜੀ, ਇਹਦੀਆਂ ਕਲਾਸਿਸ ਲੱਗ ਰਹੀਆਂ ਨੇ, ਠੀਕ ਹੈ ਜੀ, ਅਤੇ ਹੁਣ ਵੀ ਹੋਰ ਕਲਾਸਿਸ ਲੱਗਣਗੀਆਂ ਇਹਦੀਆਂ ਮੈਂਟਲ ਐਬਿਲਿਟੀ ਦੀਆਂ। ਦੈਨ ਟੀਚਿੰਗ ਪੋਟੈਂਸ਼ੀਅਲ ਆਲਰੇਡੀ 55 ਅਟੈਚਮੈਂਟਸ, ਮਤਲਬ ਬਹੁਤ ਸਾਰੇ, ਮਤਲਬ ਮੋਰ ਦੈਨ 40 ਤੋਂ ਜ਼ਿਆਦਾ ਲੈਕਚਰਸ ਨੇ, ਠੀਕ ਹੈ, ਅਤੇ 55 ਅਟੈਚਮੈਂਟ ਮੀਨ ਮਤਲਬ ਵੀਡੀਓ ਪਾਏ ਨੇ, ਹਾਂਜੀ, ਲੈਕਚਰਸ ਪਲੱਸ ਇਹਦੇ ਵਿੱਚ PDFs ਜੀ, ਠੀਕ ਹੈ ਜੀ। ਆਹ ਤੁਸੀਂ ਦੇਖ ਲਓ ਇਹ ਸਾਡਾ ਟੀਚਿੰਗ ਪੋਟੈਂਸ਼ੀਅਲ ਦਾ ਪੂਰਾ ਮੋਡਿਊਲ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਸਟ੍ਰੈਟਜੀਜ਼ ਐਂਡ ਟ੍ਰਿਕਸ ਜੋ ਕਿ ਬਹੁਤ ਜ਼ਿਆਦਾ ਈਜ਼ੀ ਕਰ ਦਿੰਦੇ ਨੇ ਕਿ ਕਿੱਦਾਂ, ਜੇ ਤੁਹਾਨੂੰ ਕੁਐਸਚਨ ਨਹੀਂ ਆਉਂਦਾ ਹੈਗਾ ਤੇ ਕਿੱਦਾਂ ਵਿਦਆਊਟ ਨੋਲੇਜ ਕਿੱਦਾਂ ਸੋਲਵ ਕਰਨਾ ਹੈਗਾ ਆਪਾਂ ਨੂੰ। ਦੈਨ ਪੰਜਾਬੀ ਦੇ 24 ਅਟੈਚਮੈਂਟਸ ਨੇ, ਕਾਫੀ ਜ਼ਿਆਦਾ ਇਹਦੇ ਲੈਕਚਰਸ ਪੈ ਚੁੱਕੇ ਨੇ, ਆਲਮੋਸਟ ਸਾਰਾ ਸਿਲੇਬਸ ਕਵਰ ਹੋ ਚੁੱਕਾ ਹੈ, ਮਤਲਬ 80-90%। ਦੈਨ ਸਾਡੇ ਕੋਲ ਇੰਗਲਿਸ਼ ਹੈ, ਇੰਗਲਿਸ਼ ਦੇ ਵੀ 23 ਅਟੈਚਮੈਂਟਸ ਨੇ, ਬਹੁਤ ਸਾਰੇ ਸਿਲੇਬਸ ਇਹਦੇ ਵਿੱਚ ਵੀ ਪੈ ਚੁੱਕਾ ਹੈ। ਦੈਨ ਜਨਰਲ ਅਵੇਅਰਨੈਸ ਇਹਦੇ ਵਿੱਚ ਸਟੈਟਿਕ ਵੀ ਹੈਗੀ ਆ ਅਤੇ ਪਲੱਸ ਇਹਦੇ ਵਿੱਚ ਜੋ ਕਰੰਟ ਚੱਲ ਰਿਹਾ ਟੋਪਿਕ ਵਾਈਜ਼ ਵੀ ਅਵੇਲੇਬਲ ਹੈ, ਬਿਲਕੁਲ ਬਿਲਕੁਲ, ਕਰੰਟ ਜਿੱਦਾਂ ਕਿ ਨਿਊ ਐਜੂਕੇਸ਼ਨ ਪਾਲਿਸੀ ਹੋ ਗਈ, ਫਿਜ਼ਿਕਸ ਹੈ ਜੀ, ਕੈਮਿਸਟਰੀ ਤੇ ਹੈ, ਸਾਇੰਸ ਤੇ ਹੈ, ਇੰਡੀਅਨ ਪੋਲਿਟੀ ਤੇ ਹੈ ਜੀ, ਜੀਓਗ੍ਰਾਫੀ ਤੇ ਹੈ, ਸਟੇਟਸ ਤੇ ਹੈ, ਸਪੋਰਟਸ ਤੇ ਹੈ, ਸਪੋਰਟਸ ਤੇ ਹੋਰ ਐਡ ਕਰਾਂਗੇ ਹਲੇ ਕਰੰਟ ਅਫੇਅਰਸ ਤੇ, ਬਹੁਤ ਸਾਰਾ ਕੁਝ, ਮਤਲਬ ਇੱਕ ਕੰਪਰੀਹੈਂਸਿਵ ਕੋਰਸ ਹੈਗਾ, ਕੰਪਲੀਟ ਕੋਰਸ। ਦੋ ਗੱਲਾਂ ਹੋਰ ਮੈਂ ਐਡ ਕਰਨਾ ਚਾਹਾਂਗਾ। ਇੱਕ, ਜਿਹੜੇ ਬੱਚੇ ਫੀਲ ਕਰਦੇ ਨੇ, ਫੋਰ ਐਗਜ਼ਾਮਪਲ ਅੱਜ ਹੀ ਮੈਸੇਜ ਆਇਆ ਕਿ ਸਰ ਪਾਈ ਚਾਰਟ ਦਾ ਇਹ ਵਾਲਾ ਕਰਵਾ ਦਿਓ, ਫੀਡਬੈਕ ਤੁਸੀਂ ਦਿੰਦੇ ਹੋ, ਡਿਮਾਂਡ ਕਰਦੇ ਹੋ, ਉਸ ਦੇ ਮੁਤਾਬਕ ਪਲੈਨਿੰਗ ਕੀਤੀ ਜਾਂਦੀ ਹੈ ਅਤੇ ਉਹ ਕਲਾਸ ਲੈ ਲਈ ਜਾਂਦੀ ਹੈ। ਦੂਸਰੀ ਗੱਲ ਇਹ ਕਿ ਇਸ ਦਾ ਫਾਇਦਾ ਤੁਹਾਨੂੰ ਕੀ ਹੈ ਕਿ PSTET ਤੁਸੀਂ ਅੱਗੇ ਕਰਨਾ ਹੈ, ਟੀਚਿੰਗ ਪੋਟੈਂਸ਼ੀਅਲ ਅਤੇ ਜਨਰਲ ਅਵੇਅਰਨੈਸ ਵਿੱਚ ਜਿਹੜੇ ਐਜੂਕੇਸ਼ਨ ਪੋਲਿਸੀਜ਼, ਐਜੂਕੇਸ਼ਨ ਕਮਿਸ਼ਨਸ, ਕਮੇਟੀਜ਼ ਆਉਂਦੀਆਂ ਨੇ, ਜਦੋਂ ਉਹ ਕਰਦੇ ਆ, ਨੈਸ਼ਨਲ ਐਜੂਕੇਸ਼ਨਲ ਬੋਡੀਜ਼ ਕਰਦੇ ਆ, ਜਿਹੜੇ ਡਿਜੀਟਲ ਇਨੀਸ਼ੀਏਟਿਵਸ ਗੌਰਮੈਂਟ ਆਫ ਇੰਡੀਆ ਦੁਆਰਾ MHRD ਦੁਆਰਾ ਲਏ ਗਏ ਨੇ ਉਹ ਕਰਦੇ ਆ, ਤਾਂ ਤੁਹਾਡੇ PSTET ਦੀ ਤਿਆਰੀ ਵੀ ਨਾਲ ਨਾਲ ਹੁੰਦੀ ਹੈ। ਇਸ ਤੋਂ ਇਲਾਵਾ ਕਿਉਂਕਿ ਪਿਛਲੇ ਸਾਲ ਦਾ UT ਨੇ ਜੋ ਐਗਜ਼ਾਮ ਲਿਆ ਸੀ ਉਹਦੇ ਵਿੱਚ BEd ਦਾ ਸਿਲੇਬਸ ਹੀ ਟੀਚਿੰਗ ਪੋਟੈਂਸ਼ੀਅਲ 'ਚ ਲਾਰਜਲੀ 70% ਪੁੱਛ ਲਿਆ ਗਿਆ, ਸੋ ਉਹ ਵੀਡੀਓ ਵੀ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੀਆਂ ਕਿ ਬਰੀਫ ਕਿ ਜਿਹੜੀਆਂ ਡੈਫੀਨੇਸ਼ਨ ਪੁੱਛ ਲਈਆਂ ਜਾਂਦੀਆਂ ਨੇ, ਥਿਊਰੀ ਦੇ ਨਾਮ, ਥਿਊਰੀ ਦੀਆਂ ਸਟੇਜਿਸ, ਨੋਰਮਲੀ ਉਹ ਪੁੱਛੇ ਜਾਣੇ ਨਹੀਂ ਚਾਹੀਦੇ ਲੇਕਿਨ ਪਿਛਲੇ ਸਾਲ ਪੁੱਛੇ ਗਏ ਨੇ। ਪਲੱਸ ਇਹਦੇ ਵਿੱਚ ਜਿਹੜੇ ਪ੍ਰੀਵੀਅਸ ਈਅਰ ਕੁਐਸਚਨਸ ਹੋਇਆ ਉਹਨਾਂ ਦੀ ਡਿਟੇਲਡ ਐਕਸਪਲੇਨੇਸ਼ਨ ਵੀ ਹੈਗੀ ਆ ਇਹਨਾਂ ਵੀਡੀਓਸ ਦੇ ਵਿੱਚ, ਸੋ ਉਹ ਵੀ ਅਸੀਂ ਵੀਡੀਓਸ ਇਹਦੇ ਵਿੱਚ ਅਪਲੋਡ ਕੀਤੀਆਂ ਹੋਈਆਂ, ਰਿਕਾਰਡਡ ਵੀਡੀਓਸ ਨੇ, ਠੀਕ ਹੈ ਜੀ, ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ। ਸੋ ਇਸ ਤੋਂ ਵਧੀਆ 550 ਨਾਲ ਤੁਸੀਂ 660 ਵਾਲਾ ਬਾਏ ਕਰੋ, ਕਿਉਂਕਿ ਉਹਦੇ ਵਿੱਚ ਦੋਨੋਂ ਸ਼ਾਮਲ ਨੇ। ਸੋ ਆਸ ਕਰਦੇ ਹਾਂ ਕਿ ਤੁਸੀਂ ਆਪਣੀ ਟੈਨਸ਼ਨ ਨੂੰ ਘਟਾਉਣਾ ਚਾਹੋਗੇ ਅਤੇ ਜੇ ਤੁਹਾਨੂੰ ਠੀਕ ਫੀਲ ਹੋਏ ਤਾਂ ਜੁਆਇਨ ਕਰ ਸਕਦੇ ਹਾਂ learn2actualize.in ਜੀ .in, ਠੀਕ ਹੈ ਜੀ, ਜਾ ਕੇ
ਉੱਥੇ ਜਾ ਕੇ ਤੁਸੀਂ ਇਹ ਕੋਰਸ ਲਿੰਕ ਉਹਦਾ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਪਾ ਦਿੱਤਾ ਹੈ। ਠੀਕ ਹੈ ਜੀ, ਥੈਂਕ ਯੂ ਸੋ ਮਚ। ਥੈਂਕ ਯੂ।